ਦੇ ਜੀ ਬਹੁਤ ਅਫਵਾਹ ਠਾ ਰਹੇ ਨੇ, ਤਾਂ ਹੀ ਮੈਂ ਵੀਰ ਨੂੰ ਰਿਕੁਐਸਟ ਕੀਤੀ। ਵੈਸੇ ਤਾਂ ਕੰਡੀਸ਼ਨ ਤਾਂ ਇਹਨਾਂ ਦੀ ਹੈ ਨਹੀਂ ਸੀ। ਚਲ ਭੌਂਕੀ ਜਾਣ ਡਿਆ, ਭੌਂਕੀ ਜਾਂਦੇ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਠੀਕ ਹੈ। ਉਹਨਾਂ ਦੇ ਭੌਂਕਿਆ ਕੁਛ ਨਹੀਂ ਹੋਣਾ, ਦੁਨੀਆਂ ਨੂੰ ਸੱਚ ਸਾਹਮਣੇ ਆ ਹੀ ਜਾਣਾ ਵਾ, ਜਦੋਂ ਵੀ ਆਉਣਾ ਸੱਚ ਹੀ ਸਾਹਮਣੇ ਆਉਣਾ, ਝੂਠ ਨਹੀਂ ਆ ਸਕਦਾ ਸਾਹਮਣੇ। ਜਿੱਦਾਂ ਕਿ ਮਤਲਬ ਤੂੰ ਜ਼ਿਆਦਾ ਬੋਲਣ ਡਿਆ, ਤੂੰ ਚੁੱਪ ਰਹਿ, ਤੈਨੂੰ ਜਦੋਂ ਕੁਛ ਮਤਲਬ ਜ਼ਿਆਦਾ ਬੋਲਣ ਦੀ ਲੋੜ ਨਹੀਂ ਆ, ਉਹ ਜੇ ਇੱਦਾਂ ਦਾ ਕੁਛ ਲਿਖਿਆ ਸੀ ਮੈਂ ਪੜਿਆ ਨਹੀਂ ਪੂਰਾ, ਮੈਨੂੰ ਮੈਂ ਤੁਹਾਨੂੰ ਦੱਸਾਂਗਾ ਵੀਰ, ਜਿੱਦਾਂ ਮੈਂ। ਹਾਂਜੀ ਵੀਰ, ਮੈਨੂੰ ਵੀ ਫੋਨ ਆਉਂਦੇ ਪਿਆ ਕਿ ਜੇ 5,000 ਚ ਬੰਦਾ ਮਾਰਦੀ ਰਿਹਾ। ਮੈਂ ਕਿਹਾ ਕੋਈ ਨਹੀਂ, ਤੁਸੀਂ 5,000 ਦੇ ਵਿੱਚ, ਮੈਂ ਕਿਹਾ ਮੈਂ 6,000 ਖਰਚ ਲੂ, ਮੈਂ 10 ਕੇ ਆਊਂਗਾ, ਮੈਂ ਮਰਦ ਦਾ ਬੱਚਾ। ਯਾਲੋ ਆ ਦੋ ਮੁੰਡੇ ਚਸ਼ਮਦੀਦ, ਮਤਲਬ ਲਾਸਟ ਇਹ ਬੰਦੇ ਉੱਥੇ ਛੱਡ ਕੇ ਆਏ, ਇਸ ਤੋਂ ਬਾਅਦ ਬਿਲਕੁਲ ਤੰਦਰੁਸਤ ਛੱਡ ਕੇ ਆਏ, ਇਸ ਚੀਜ਼ ਦੀ ਗਰੰਟੀ ਹੈ। ਚਸ਼ਮਦੀਦ ਗਵਾਹ ਇਹੀ ਨੇ ਸਰ, ਲਾਸਟ ਉਸ ਰਾਤ ਦੇ, ਉਸ ਕਤਲ ਵਾਲੀ ਰਾਤ ਦੇ। ਉਹਨੂੰ ਉਹ ਕੀਤਾ ਸੀ ਤੇ ਉਹਨੇ ਥੋੜੀ ਜਿਹੀ ਛਾਲ ਮਾਰ ਕੇ ਉਤਰ ਗਿਆ ਸੀ, ਕਿਹਾ ਉਹਦੇ ਸਰੀਰ ਤੇ ਕੋਈ ਸੱਟ ਸੀ? ਨਹੀਂ ਸਰ, ਕੋਈ ਸੱਟ ਨਹੀਂ ਸੀਗੀ ਉਹਦੇ ਸਰੀਰ ਤੇ, ਸਭ ਕੁਝ ਬਿਲਕੁਲ ਤੰਦਰੁਸਤ ਸੀ, ਬਿਲਕੁਲ ਤੰਦਰੁਸਤ, ਬਿਲਕੁਲ ਕਲੀਅਰ ਸੀ, ਕੋਈ ਸੱਟ ਕੋਈ ਲੰਗੜਾ ਜਾਂ ਕੁਛ ਨਹੀਂ ਸੀ, ਕੁਛ ਨਹੀਂ ਸੀ ਸਰ। ਜਿਨ੍ਹਾਂ ਦਾ ਉਹ ਕਮਾਦ ਹੈ, ਜਿਨ੍ਹਾਂ ਦਾ ਨਾਂ ਲਾਉਂਦੇ ਆ ਮਤਲਬ ਲੜਕੀ ਦੇ ਪੇਰੈਂਟਸ, ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਤੁਸੀਂ ਕੋਈ ਕਰੰਟ ਛੱਡਿਆ ਸੀ ਕਿ ਨਹੀਂ ਛੱਡਿਆ ਸੀ ਖੇਤਾਂ 'ਚ? ਉਹ ਦੱਸਦੇ ਸੀ ਕਿ ਉਹ ਕਹਿ ਰਹੇ ਕਿ ਸਾਨੂੰ ਅਸੀਂ ਕਰੀ ਕਰੰਟ ਛੱਡਿਆ ਹੀ ਨਹੀਂ ਆ, ਸਾਨੂੰ ਨਹੀਂ ਇਸ ਬਾਰੇ ਕੁਛ ਨਹੀਂ ਪਤਾ। ਕਿਉਂਕਿ ਉਹਨਾਂ ਨੇ ਹੋਰ ਹੀ ਪਤਾ ਲੱਗਾ ਸੀਗਾ ਕਿ ਮਨਪ੍ਰੀਤ ਦੇ ਜਿਹੜੇ ਫੈਮਿਲੀ ਵਾਲੇ ਸੀ, ਉਹਨਾਂ ਦੀ ਤੇ ਉਹ ਉਸ ਘਰ ਵਾਲਿਆਂ ਦੀ ਦੁਸ਼ਮਣੀ ਚੱਲਦੀ ਸੀ ਕਿ ਵੱਟ ਵੁੱਟ ਦੀ ਕੋਈ ਲੜੌਲਾ ਸੀਗਾ, ਸ਼ਾਇਦ ਉਹਦਾ ਬਦਲਾ ਲਿਆ ਹੋਵੇ ਜਾਂ ਕੁਛ ਵੀ ਆ ਇਸ ਵਾਰ। ਅੱਛਾ ਜੀ, ਕਿਸੇ ਕਿਸਮ ਦੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਹਰਚਰਨ ਦੇ ਪਰਿਵਾਰ ਨੂੰ? ਅੱਛਾ ਜੀ, ਮੈਂ ਕੁਛ ਨੋਟਿਸ ਵੀ ਪਾਏ ਨੇ। ਹਾਂਜੀ ਬਿਲਕੁਲ ਸਰ, ਮੇਰੀ ਕਾਲ ਰਿਕਾਰਡਿੰਗ ਆਓ, ਮੈਂ ਆਪ ਕਾਲ ਕੀਤੀ ਸੀਗੀ ਸਰ ਨੂੰ, ਕੁਲਵਿੰਦਰ ਭਾਜੀ ਨੂੰ। ਹਾਂਜੀ, ਮੈਂ ਕਿਹਾ ਨਹੀਂ ਸਰ ਮੈਂ ਬੋਲਣ ਦੀ ਹਾਲਤ 'ਚ ਨਹੀਂ ਹੈਗਾ, ਤੇ ਬਾਕੀ ਮੈਂ ਅਨਲਿਮਿਟਿਡ ਬਿਆਨ ਦੇ ਉੱਤੇ ਬੋਲ ਦਿੱਤਾ, ਉਹ ਤੇ ਤੁਸੀਂ ਸੁਣ ਸਕਦੇ ਹੋ ਮੈਂ ਕੀ ਬੋਲਿਆ। ਸਤਿ ਸ਼੍ਰੀ ਅਕਾਲ, ਨਮਸਤੇ ਆਦਾਬ ਦੋਸਤੋ, ਤੁਸੀਂ ਦੇਖ ਰਹੇ ਹੋ ਸੁਨੀਲ ਮੱਲਨ ਐਡਵੋਕੇਟ ਯੂਟਿਊਬ ਚੈਨਲ, ਜਿੱਥੇ ਕਿ ਅੱਜ ਤੁਹਾਡੇ ਨਾਲ ਇੱਕ ਸਪੈਸ਼ਲ ਇੰਟਰਵਿਊ ਲੈ ਕੇ ਹਾਜ਼ਰ ਹੋਏ ਹਾਂ, ਜਿੱਥੇ ਕਿ ਹਰਚਰਨ ਸਿੰਘ ਪੀਲੀਭੀਤ ਕਤਲ ਕੇਸ ਦੇ ਵਿੱਚ ਉਸ ਰਾਤ ਦਾ ਮੌਕੇ ਦਾ ਗਵਾਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਲਾਈਵ, ਜਿਨ੍ਹਾਂ ਨੇ ਕਿ ਕੁਝ ਗੱਲਬਾਤ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਇਹ ਗੱਲਬਾਤ, ਆਉ ਦਿਖਾਉਣ ਦੇ ਲਈ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਇੰਟਰਵਿਊ ਵੱਲ ਅੱਗੇ। ਬਾਕੀ ਹੋਰ ਲੇਟੈਸਟ ਅਪਡੇਟਸ ਦੇ ਲਈ ਬਣੇ ਰਹਿਣਾ ਸੁਨੀਲ ਮੱਲਨ ਐਡਵੋਕੇਟ ਯੂਟਿਊਬ ਚੈਨਲ ਦੇ ਨਾਲ। ਤੇ ਹੁਣ ਸਵਾਗਤ ਕਰਦੇ ਹਾਂ ਯੂਪੀ ਪੀਲੀਭੀਤ ਤੋਂ ਉਸ ਨੌਜਵਾਨ ਦਾ ਜੋ ਕਿ ਹਰਚਰਨ ਸਿੰਘ ਸਿੱਧੂ, ਮਹਿਰੂਮ ਹਰਚਰਨ ਸਿੰਘ ਸਿੱਧੂ ਦਾ ਜਿਗਰੀ ਯਾਰ ਹੈ। ਹਾਲਾਂਕਿ ਕੰਡੀਸ਼ਨ ਨਹੀਂ ਸੀ, ਤੁਸੀਂ ਦੇਖ ਵੀ ਸਕਦੇ ਹੋ ਗਲੂਕੋਜ਼ ਲੱਗਿਆ ਹੋਇਆ, ਇਸ ਵੇਲੇ ਬਿਮਾਰ ਹੈ, ਕਿਉਂਕਿ ਸਦਮਾ ਕਹਿ ਸਕਦੇ ਹਾਂ ਉਹ ਜਿਸ ਯਾਰ ਦੇ ਨਾਲ ਖੇਡਦੇ ਸੀ, ਜਿਸ ਯਾਰ ਦੇ ਨਾਲ ਉਹ ਸੁਨਹਿਰੇ ਵਕਤ ਬਿਤਾਏ ਨੇ, ਉਹ ਸੁਨਹਿਰੇ ਪਲ ਬਿਤਾਏ ਨੇ, ਉਸ ਦਾ ਜਹਾਨ ਦੇ ਵਿੱਚੋਂ ਚਲੇ ਜਾਣਾ, ਉਹ ਵੀ ਨੋਰਮਲੀ ਜੇ ਬੰਦਾ ਜਾਵੇ ਤਾਂ ਵੀ ਭਾਣਾ ਮੰਨ ਲੈਂਦਾ, ਇੱਕ ਅਜਿਹੇ ਧੱਕੇ ਦੇ ਕਰਕੇ, ਇੱਕ ਅਜਿਹੇ ਕਹਿ ਸਕਦੇ ਹਾਂ ਕਿ ਵੱਡਾ ਜ਼ੁਲਮ ਹੋਇਆ, ਉਹਦੇ ਕਰਕੇ ਉਹ ਦੋਸਤ ਚਲੇ ਗਏ, ਜਿਸ ਕਰਕੇ ਇਹ ਦੋਸਤ ਉਸੇ ਦਿਨ ਦੇ ਕਾਫੀ ਜ਼ਿਆਦਾ ਸਦਮੇ 'ਚ ਆ। ਪਰ ਫਿਰ ਵੀ ਕੁਝ ਅਜਿਹੀਆਂ ਕਲੀਅਰੀਫਿਕੇਸ਼ਨ ਜ਼ਰੂਰੀ ਸਨ ਕਿ ਕਾਫੀ ਜੋ ਅਫਵਾਹਾਂ ਉੱਡ ਰਹੀਆਂ ਨੇ, ਫੇਕ ਖਬਰਾਂ ਲੱਗ ਰਹੀਆਂ ਨੇ ਕਿ ਜੋ ਨੌਜਵਾਨ ਉਸ ਦਿਨ ਹਰਚਰਨ ਦੇ ਨਾਲ ਸਨ, ਉਹਨਾਂ ਦੀ ਪੁਲਿਸ ਵੱਲੋਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ, ਪੁਲਿਸ ਕਸਟਡੀ ਦੇ ਵਿੱਚ ਨੇ, ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਨੂੰ ਕਲੀਅਰ ਕਰਨ ਵਾਸਤੇ ਅਸੀਂ ਵੀਰ ਨੂੰ ਰਿਕੁਐਸਟ ਕੀਤੀ ਕਿ ਤੁਹਾਨੂੰ ਸਾਹਮਣੇ ਆਉਣਾ ਪਵੇਗਾ। ਹਾਲਾਂਕਿ ਤੁਸੀਂ ਉਹਨਾਂ ਦੀ ਵਟਸਐਪ ਰਿਕਾਰਡਿੰਗ ਵੀ ਸੁਣੀ ਹੈ, ਤੇ ਅੱਜ ਵੀਰ ਸਾਡੇ ਨਾਲ ਹੈ, ਸੋ ਸਵਾਗਤ ਕਰਦੇ ਹਾਂ ਜੀ। ਨਿੰਮਾ ਜੀ ਤੁਹਾਡਾ ਵੀ ਬਹੁਤ ਬਹੁਤ, ਤੇ ਨਿੰਮਾ ਜੀ ਕਿਵੇਂ ਹੁਣ, ਸਿਹਤਾਂ ਕਿਵੇਂ ਨੇ? ਹਾਂਜੀ ਅੱਗੇ ਨਾਲੋਂ ਫਰਕ ਆ ਵੀਰ ਜੀ, ਠੀਕ ਆ ਹੁਣ ਥੋੜਾ ਜਿਹਾ। ਆਵਾਜ਼ ਆ ਰਹੀ ਮੇਰੀ ਸਰ? ਹਾਂਜੀ ਹਾਂਜੀ ਬਿਲਕੁਲ ਆ ਰਹੀ ਹੈ ਜੀ। ਤੇ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਹਾਲਤ ਉਹਨਾਂ ਦੀ, ਤੇ ਜਿਹੜੇ ਅਫਵਾਹਾਂ ਆਪਣੇ ਕੁਝ ਵਿਊਜ਼ ਲਈ ਉਡਾ ਰਹੇ ਨੇ, ਉਹਨਾਂ ਨੂੰ ਸ਼ਰਮ ਚ ਹੋਣੀ ਚਾਹੀਦੀ ਹੈ ਕਿ ਇੱਕ ਤਾਂ ਨੌਜਵਾਨ ਜਿਸਦੇ ਇਨਸਾਫ਼ ਦੇ ਲਈ ਲੜਾਈ ਲੜ ਹੀ ਰਹੇ ਆ, ਉਹ ਦੂਜੇ ਉਹ ਲੋਕਾਂ ਨੇ ਕੋਈ ਸਾਥ ਤਾਂ ਕੀ ਦੇਣਾ ਕਿ ਇਨਸਾਫ਼ ਜਲਦ ਮਿਲੇ, ਬਲਕਿ ਉਹ ਇਨਸਾਫ਼ ਦੇ ਰਾਹ ਦੇ ਵਿੱਚ ਰੋੜੇ ਅਟਕਾ ਰਹੇ ਨੇ। ਸਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਜਿਹੇ ਲੋਕਾਂ ਨੂੰ? ਦੇਖੋ ਮੈਂ ਤੇ 50 ਵਾਰੀ ਗੱਲ ਕਹਿੰਦਾ, ਕੋਈ ਸੁਣਸਨੇ ਟੀਵੀ, ਘਟੀਆ ਯੂਟਿਊਬਰ, ਬਦਤਮੀਜ਼ ਲੋਕ, ਇਹ ਹਮੇਸ਼ਾ ਹੀ ਗੰਦੇ ਰਹਿਣੇ ਆ, ਔਰ ਕਈਆਂ ਨੇ ਤੇ ਕਈ ਗੰਦ ਫੈਲਾਇਆ, ਬਹੁਤ ਕੁਛ ਕੀਤਾ, ਉਹਨਾਂ ਨੂੰ ਅਸੀਂ ਸ਼ਰੇਆਮ ਨੈਸ਼ਨਲ ਇੰਟਰਨੈਸ਼ਨਲ ਚੈਨਲ ਤੇ ਬਹਿ ਕੇ ਵੀ ਲਾਂਤਾਂ ਪਾਈਆਂ ਮੈਂ ਤਾਂ ਸ਼ਰੇਆਮ ਹੀ, ਹਾਂਜੀ, ਕਿਉਂਕਿ ਆਪਣੇ ਸਿਰਫ 2-4 ਪੈਸੇ ਬਣਾਉਣ ਨੂੰ ਕਿਸੇ ਤੋਂ ਵੀ ਬਦਨਾਮ ਕਰ ਦੇਣਾ ਪਾਪ ਹੈ।
ਇਲੀਗਲ ਹੈ ਔਰ ਉਹਦੀ ਪਨਿਸ਼ਮੈਂਟ ਜੋ ਵੀ ਬਣਦੀ ਉਹਨੂੰ ਦਵਾਈ ਜਾਏਗੀ। ਔਰ ਹੁਣ ਵੀ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ ਕਿ ਜੋ ਕੁਛ ਵੀ ਸੱਚਾਈ ਤੇ ਓਰਿਜਨੈਲਿਟੀ ਸੁਨੀਲ ਮੱਲਨ ਔਰ ਗੁਰਵਿੰਦਰ ਜੀ ਰਲ ਕੇ ਦੇ ਰਹੇ ਨੇ ਉਹ ਕਿਸੇ ਵੀ ਚੈਨਲ ਤੇ ਨਹੀਂ ਹੈ, ਚਾਹੇ ਮੈਂ ਇਕੱਲਾ ਕਿਤੇ ਬੈਠਾ, ਜਿੱਥੇ ਮੇਰਾ ਲਾਈਵ ਰੀਅਲ ਰਿਕਾਰਡਿੰਗ ਹੈ ਉਹ ਬਿਲਕੁਲ ਜੈਨੂਇਨ ਹੈ। ਹਾਂ, ਕਿਸੇ ਨੇ ਡਾਊਨਲੋਡ ਕਰਕੇ ਕੋਈ ਐਡਿਟ ਕਰਕੇ ਪਾਤਾ, ਮੈਂ ਉਹਦੀ ਜ਼ਿੰਮੇਵਾਰੀ ਲੈਂਦਾ ਹੀ ਨਹੀਂ। ਔਰ ਉਹਦੇ ਵਾਸਤੇ ਆਪਣੇ ਜਿਹੜੇ ਦੋ ਚਾਰ ਚੈਨਲ ਨੇ ਉਹ ਆਪਾਂ ਅਖੀਰ ਚ ਵਾਇਸ ਓਵਰ ਚ ਦੱਸ ਦਾਂਗੇ, ਉਹਨਾਂ ਚੈਨਲਾਂ ਦੇ ਉੱਤੇ ਹੀ ਜੈਨੂਇਨ ਆ ਰਿਹਾ। ਇੱਕ ਦੋ ਚੈਨਲ ਤਾਂ ਮੇਨ ਹੈ, ਸੁਨੀਲ ਮੱਲਨ ਦਾ ਆਪਣਾ ਜਿਹੜਾ ਮੇਰਾ ਚੈਨਲ ਹੈ ਸੁਨੀਲ ਮੱਲਨ ਐਡਵੋਕੇਟ, ਔਰ ਦੂਸਰਾ ਅਨਲਿਮਿਟਿਡ ਗਿਆਨ ਹੈ। ਉਸ ਤੋਂ ਇਲਾਵਾ ਚਾਰ ਚੈਨਲ ਹੋਰ ਨੇ ਜਿਹੜੇ ਸਾਡੇ ਹੋਰ ਦੋਸਤਾਂ ਦੇ ਨੇ ਤੇ ਜਿਹਨਾਂ ਨੂੰ ਅਸੀਂ ਪ੍ਰਮੋਟ ਕਰਦੇ ਹਾਂ, ਜਿਹਨਾਂ ਦੇ ਨਾਲ ਅਸੀਂ ਜੁੜੇ ਹਾਂ, ਜਿਹੜੇ ਸਾਡੀ ਓਰਿਜਨਲ ਵੀਡੀਓ ਬਿਨਾਂ ਕਿਸੇ ਬਕਵਾਸ ਤੋਂ ਪਾਉਂਦੇ ਨੇ। ਸੋ ਵੀਰ ਹੋਣਾ ਬਾਰੇ ਵੀ, ਨਿੰਮੇ ਬਾਰੇ ਜਾਂ ਦੂਸਰੇ ਦੋਸਤ ਬਾਰੇ ਕਿ ਪੁਲਿਸ ਨੇ ਫੜ ਕੇ ਬੜਾ ਕੁੱਟਤਾ, ਇਹਨਾਂ ਨੂੰ ਇਹ ਕਰਤਾ, ਇਹਨਾਂ ਨੂੰ ਤਸੀਹੇ ਦੇ ਤੇ ਵੀ ਕਤਲ ਚ ਸ਼ਾਮਿਲ ਨੇ, ਇਹਨਾਂ ਨੂੰ ਫੜ ਕੇ ਕੁੱਟਿਆ ਜਾਵੇ, ਬੜੀ ਬਕਵਾਸ ਬੜੇ ਚੈਨਲਾਂ ਨੇ ਗੰਦ ਬੋਲਿਆ। ਔਰ ਹੁਣ ਟਾਈਮ ਆ ਗਿਆ ਕਿ ਉਹਨਾਂ ਨੂੰ ਵੀ ਉਹਨਾਂ ਦੇ ਮੂੰਹ ਤੇ ਚਪੇੜ ਮਾਰਨ ਦਾ। ਦੇਖੋ, ਲੜਕੀ ਦੇ ਵੀ ਬਾਰੇ ਬੜਾ ਕੁਛ ਬੋਲਿਆ ਸੀ, ਸਾਨੂੰ ਉਹਦੇ ਬਾਰੇ ਵੀ ਬੁਰਾ ਲੱਗਾ ਸੀ। ਉਹ ਕ੍ਰਿਮੀਨਲ ਹੈ ਕਿ ਨਹੀਂ ਉਹ ਕਾਨੂੰਨ ਦੇ ਪੱਖ ਦੇ ਜ਼ਰੀਏ ਸਾਬਤ ਹੋਏਗੀ, ਮੇਰੇ ਕੋਲ ਵੀ ਕੋਈ ਅਧਿਕਾਰ ਨਹੀਂ ਮੈਂ ਉਹਨੂੰ ਚੋਰ ਕਹਿੰਦਾ ਹਲੇ, ਪਰ ਜਦੋਂ ਟਾਈਮ ਆਇਆ ਜੇ ਲੋੜ ਪਈ ਉਹਨੂੰ ਕਾਤਲ ਕਹਿਣ ਦੀ, ਮੈਂ ਕਹੂੰਗਾ ਜਿਵੇਂ ਮੈਂ ਬਿੰਦ ਕੌਰ ਨੂੰ ਸ਼ਰੇਆਮ ਕਹਿੰਦਾ ਕਿ ਉਹ ਕਾਤਲ ਹੈ। ਔਰ ਜਿੱਦਾਂ ਜਿੱਦਾਂ ਜਿਸ ਚੀਜ਼ ਦੀ ਲੋੜ ਪਏਗੀ ਕਾਨੂੰਨ ਦੀ ਕਿਤਾਬ ਦੇ ਮੁਤਾਬਕ, ਕਾਨੂੰਨ ਦੀਆਂ ਗਾਈਡਲਾਈਨਸ ਮੁਤਾਬਕ ਜੋ ਬਣਦਾ ਉਹ ਮੈਂ ਜ਼ਰੂਰ ਕਰਾਂਗਾ, ਉੱਥੋਂ ਮੈਂ ਪਿੱਛੇ ਨਹੀਂ ਹਟਦਾ। ਔਰ ਜੋ ਚੀਜ਼ ਨਹੀਂ ਬਣਦੀ ਮੈਂ ਮਰਿਆਦਾ ਤੋਂ ਖਿਲਾਫ਼ ਨਹੀਂ ਜਾ ਸਕਦਾ। ਜਿਹੜੀ ਪੀੜਾ ਬਿਨਾਂ ਕਸੂਰ ਤੋਂ ਅਸੀਂ ਦਿੰਦੇ ਹਾਂ ਕਿਸੇ ਨੂੰ, ਚਾਹੇ ਯੂਟਿਊਬ ਤੇ ਗੰਦ ਬੋਲ ਕੇ, ਔਰ ਲੋਕ ਵੀ ਇਹੋ ਜਿਹੇ ਬੇਵਕੂਫ਼ ਨੇ ਕਿ ਉਹਨੂੰ ਸੱਚ ਮੰਨ ਕੇ ਉਹਦੇ ਪਿੱਛੇ ਪਿੱਛੇ ਤੁਰ ਪੈਂਦੇ ਨੇ, ਉਹ ਭੇਡ ਚਾਲ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਹਾਂ। ਕੁਝ ਕੁ ਲੋਕ ਨੇ ਜੀ, ਵੈਸੇ ਜ਼ਿਆਦਾਤਰ ਤਾਂ ਸਮਝਦਾਰ ਆਡੀਅੰਸ। ਬਿਲਕੁਲ ਜੀ, ਸੋ ਮੇਰੀ ਬੇਨਤੀ ਹੈ, ਬਹੁਤ ਜ਼ਿਆਦਾਤਰ ਸਮਝਦਾਰ ਲੋਕ ਨੇ, ਉਹਨਾਂ ਨੂੰ ਇਗਨੋਰ ਕਰਦੇ, ਉਹਨਾਂ ਨੂੰ ਬੜੇ ਵਧੀਆ ਵਧੀਆ ਕਮੈਂਟ ਦਿੰਦੇ ਆ। ਸੋ ਮੈਂ ਸਲੂਟ ਕਰਦਾ ਇਹੋ ਜਿਹੇ ਬੰਦੇ ਵਧੀਆ ਨੂੰ ਵੀ। ਮੈਂ ਚਾਹੁੰਗਾ ਕਿ ਜਿਹੜੇ ਗਲਤ ਚੈਨਲ ਨੇ ਉਹਨਾਂ ਨੂੰ ਵੇਖਣਾ ਬੰਦ ਕਰੋ, ਉਹਨਾਂ ਨੂੰ, ਤਾਂ ਕਿ ਉਹ ਗੰਦਗੀ ਜਿਹੜੀ ਹੈ ਬਾਹਰ ਨਿਕਲੇ। ਕੋਈ ਇੱਕ ਬੰਦਾ ਵੀ ਉਹ ਕਹਿੰਦਾ ਜੀ ਹਰਚਰਨ ਦਾ ਮੋਬਾਈਲ ਮਿਲ ਗਿਆ ਜੀ, ਉਹਨੇ ਇੰਜ ਕਰਤਾ ਜੀ, ਉਹਦੇ ਚ ਇੰਜ ਹੋ ਗਿਆ ਜੀ, ਉਹ ਦੱਸੋ ਉੱਥੇ ਬੈਠਾ ਸੀ। ਮਤਲਬ ਆਪਣੇ ਕੋਲੇ ਗੱਲਾਂ ਲਾ ਲਾ ਕੇ ਬੋਲੀ ਜਾਂਦੇ ਨੇ ਵਿਹਲੇ। ਬਹੁਤ ਆ ਰਹੀਆਂ ਨੇ ਜੀ, ਕੋਈ ਕਹਿੰਦਾ ਹਰਚਰਨ ਦਾ ਦੁਬਾਰੇ ਜਨਮ ਹੋ ਗਿਆ ਉਹਦੀ ਭੈਣ ਦੇ ਘਰ, ਕੋਈ ਕਹਿੰਦਾ ਉਸ ਦਿਨ ਕਮਾਦ ਦੇ ਵਿੱਚ ਕੋਈ ਮਜ਼ਦੂਰ ਬੈਠਾ ਸੀ, ਉਹਨੇ ਸਾਰਾ ਕੁਝ ਦੇਖ ਲਿਆ। ਸੋ ਦੈਟ ਇਜ਼ ਵਾਟ, ਉਹਨੂੰ ਹੀ ਅਸੀਂ ਕੱਟਣ ਲਈ ਪਬਲਿਕ ਦੇ ਸਾਹਮਣੇ ਸੱਚ ਲੈ ਕੇ ਆਉਂਦੇ ਹਾਂ, ਸੱਚੀ ਗੱਲ ਕਰਦੇ ਹਾਂ, ਔਰ ਇੱਕ ਇਮੇਜ ਹੈ ਔਰ ਅਸੀਂ ਉਹਨੂੰ ਬਰਕਰਾਰ ਰੱਖਾਂਗੇ, ਇਹ ਪ੍ਰੋਮਿਸ ਹੈ ਮੇਰਾ ਜਨਤਾ ਨਾਲ, ਸਾਡੇ ਜਿਹੜੀ ਲੋਕਾਂ ਦੀ ਕਚਹਿਰੀ ਉਹਦੇ ਵਿੱਚ। ਤੇ ਸਾਡੇ ਭਾਣਾ ਪਹਿਲਾਂ ਗੱਲਾਂ ਸੀ, ਤਬੀਅਤ ਪੂਰੀ ਠੀਕ ਨਹੀਂ ਹੈ, ਆਪਾਂ ਤਾਂ ਫਿਰ ਵੀ ਕਰ ਲੈਣੀ ਹੈ। ਰੋਕ ਲੱਗ ਸਕੇ, ਕਿਉਂਕਿ ਇੰਨੀ ਦੂਰੋਂ ਸੱਚਾਈ ਨਹੀਂ ਪਤਾ ਸੀ, ਕੋਈ ਜਿਹੜਾ ਕੁਛ ਮਨ ਚ ਆਉਂਦਾ ਸੀ ਉਹ ਪਾ ਦੇ ਰਿਹਾ ਸੀ। ਸੋ ਨਿੰਮਾ ਜੀ, ਇੱਕ ਪਹਿਲਾ ਸਵਾਲ ਹੈ ਤੁਹਾਨੂੰ, ਜਿਹੜੀਆਂ ਅਫਵਾਹਾਂ ਸੁਣਦੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ, ਕਿਸ ਤਰ੍ਹਾਂ ਦੀ ਮਾਨਸਿਕ ਸਥਿਤੀ ਉਹਨਾਂ ਲੋਕਾਂ ਦੀ ਲੱਗਦੀ ਹੈ ਤੁਹਾਨੂੰ ਜਿਹੜੇ ਘਰੇ ਬੈਠੇ ਇਸ ਤਰ੍ਹਾਂ ਦੀਆਂ ਗਲਤ ਗੱਲਾਂ ਫੈਲਾ ਰਹੇ ਨੇ? ਹਾਂਜੀ ਸਰ, ਜਿਵੇਂ ਵਕੀਲ ਸਰ ਕਹਿ ਰਹੇ ਨੇ ਨਾ, ਉਹ ਭੌਂਕੀ ਜਾਂਦੇ ਭੌਂਕੀ ਜਾਂਦੇ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਠੀਕ ਹੈ, ਉਹਨਾਂ ਦੇ ਭੌਂਕਿਆ ਕੁਛ ਨਹੀਂ ਹੋਣਾ, ਦੁਨੀਆਂ ਨੂੰ ਸੱਚ ਸਾਹਮਣੇ ਆ ਹੀ ਜਾਣਾ ਵਾ, ਜਦੋਂ ਵੀ ਆਉਣਾ ਸੱਚ ਹੀ ਸਾਹਮਣੇ ਆਉਣਾ, ਝੂਠ ਨਹੀਂ ਆ ਸਕਦਾ ਸਾਹਮਣੇ, ਜਿੰਨਾ ਮਰਜ਼ੀ ਭੌਂਕੀ ਜਾਣ। ਮੈਨੂੰ ਸਿਰਫ ਸਾਨੂੰ ਇਹ ਆ ਸਾਰਿਆਂ ਨੂੰ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਸਾਨੂੰ ਸਾਡੇ ਭਰਾ ਦਾ ਫਿਕਰ ਹੈ ਕਿ ਉਹਨੂੰ ਇਨਸਾਫ਼ ਮਿਲ ਜਾਏ, ਕਾਤਲ ਬਚਣਾ ਨਹੀਂ ਚਾਹੀਦਾ, ਚਾਹੇ ਕੋਈ ਵੀ ਹੋਵੇ। ਅਸੀਂ ਵੀ ਨਹੀਂ ਕਹਿ ਰਹੇ ਕਿ ਹਾਂ ਕੁੜੀ ਕਾਤਲ ਆ ਜਾਂ ਉਹਨਾਂ ਦੇ ਪਰਿਵਾਰ ਵਾਲੇ ਕਾਤਲ, ਜੋ ਵੀ ਆ, ਪਰ ਇਹ ਸਾਫ਼ ਆ ਕਿ ਹੈ ਕਾਤਲ ਆ, ਤੇ ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਦੁਨੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਆ, ਕੋਈ ਜੋ ਮਰਜ਼ੀ ਮੇਰੇ ਬਾਰੇ ਬੋਲੇ, ਜੋ ਮਰਜ਼ੀ ਕਰੇ। ਸਰ ਜਦੋਂ ਮੈਂ ਤੁਹਾਨੂੰ ਮੈਸੇਜ ਕੀਤਾ ਸੀ ਨਾ ਥੋੜਾ ਦੁਪਹਿਰੇ ਜੇ ਵਟਸਐਪ ਤੇ, ਉਦੋਂ ਸਰ ਮੈਂ ਇਸੇ ਮਕਸਦ ਵਾਸਤੇ ਕੀਤਾ ਸੀਗਾ, ਮੈਨੂੰ ਇੱਕ ਵਟਸਐਪ ਤੇ ਕਾਲ ਆਈ ਸੀ ਧਮਕੀ ਵਾਲੀ। ਅੱਛਾ, ਤੇ ਉਹਨੇ, ਹਾਂਜੀ ਹਾਂਜੀ, ਉਹਨੇ ਮੈਸੇਜ ਮਤਲਬ ਕਾਲ ਕਰਕੇ ਬਾਅਦ ਚ ਥੋੜਾ ਚਿਰ ਕਰਕੇ ਫਿਰ ਮੈਸੇਜ ਕਰ ਦਿੱਤਾ, ਤੇ ਉਹ ਤੁਰੰਤ ਮੈਂ ਤੁਹਾਨੂੰ ਸੈਂਡ ਕੀਤਾ, ਤੇ ਉਹਨੇ ਜਿਹਨੂੰ ਡਿਲੀਟ ਮਾਰ ਦਿੱਤਾ, ਜੋ ਵੀ ਲਿਖਿਆ ਸੀਗਾ ਉਹ ਡਿਲੀਟ ਮਾਰ ਦਿੱਤਾ, ਤੇ ਇਸ ਕਰਕੇ ਉਹ ਫਿਰ ਮਤਲਬ ਤੁਹਾਡੇ ਵੱਲੋਂ ਵੀ ਇਤਰੋ ਜਦੋਂ ਮੈਂ ਪਾਇਆ ਡਿਲੀਟ ਹੋ ਗਿਆ ਹੋਣਾ ਸ਼ਾਇਦ, ਮੈਨੂੰ ਵੀ ਫੋਨ ਆਉਂਦੇ ਪਿਆ ਕਿ ਪੰਜ ਹਜ਼ਾਰ ਚ ਬੰਦਾ ਮਾਰਦੀ ਰਿਹਾ, ਮੈਂ ਕਿਹਾ ਕੋਈ ਨੀ, ਤੁਸੀਂ ਪੰਜ ਹਜ਼ਾਰ ਦੇ ਵਿੱਚ
ਮੈਂ ਕਿਹਾ ਮੈਂ 6000 ਖਰਚ ਲੂ, ਮੈਂ 10 ਕੇ ਆਊਂਗਾ, ਮੈਂ ਮਰਦ ਦਾ ਬੱਚਾ, ਮੈਂ ਕੋਈ ਡਰਪੋਕ ਨਹੀਂ, ਤੇ ਆਪਾਂ ਸੱਚਾਈ ਦਾ ਪਹਿਰਾ ਦੇਣਾ, ਉਹਦੇ ਲਈ ਸਾਨੂੰ ਜੋ ਵੀ ਖਮਿਆਜ਼ਾ ਭੁਗਤਣਾ ਪਏਗਾ ਭੁਗਤਾਂਗੇ। ਗੁਰੂ ਕੀ ਫੌਜ ਆ ਆਪਾਂ, ਇਹ ਸਰ ਕੋਈ ਨਵੀਂ ਗੱਲ ਨਹੀਂ, ਸੱਚਾਈ ਤੇ ਜਦੋਂ ਬੰਦਾ ਤੁਰਦਾ ਹੈ, ਧਮਕੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ, ਸਾਨੂੰ ਬਹੁਤ ਆ ਰਹੀਆਂ ਨੇ, ਤੁਹਾਡੇ ਤੇ FIR ਕਰਵਾਤੀ, ਅਸੀਂ ਕੈਨੇਡਾ 'ਚ ਤੁਹਾਡੇ ਤੇ FIR ਕਰਵਾ ਚੁੱਕੇ ਹਾਂ, ਜਲਦੀ ਤੁਹਾਡੇ ਤੇ ਕਾਰਵਾਈ ਹੋਊਗੀ। ਪਰ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਸੱਚ ਦੇ ਰਾਹ ਤੇ ਚੱਲ ਰਹੇ ਹਾਂ, ਸੱਚਾਈ ਦਾ ਸਾਥ ਦੇ ਰਹੇ ਹਾਂ, ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਹੈਗੀ। ਨਹੀਂ ਨਹੀਂ ਮੈਂ ਵੀ ਉਸੇ ਤੁਹਾਨੂੰ ਦੱਸਣ ਕਹਿੰਦਾ ਕਿ ਮੈਨੂੰ ਵੀ ਕਿਸੇ ਦੀ ਮਤਲਬ ਪਰਵਾਹ ਨਹੀਂ ਹੈ ਕਿ ਜੋ ਮਰਜ਼ੀ ਕੋਈ ਬੋਲੀ ਜਾਏ, ਜੋ ਸੱਚ ਆ ਸਾਹਮਣੇ ਆ ਹੀ ਜਾਣਾ ਹੈ, ਅੱਜ ਨਹੀਂ ਕੱਲ ਮਹੀਨਾ ਟਾਈਮ ਲੱਗੂਗਾ, ਸਾਹਮਣੇ ਤੇ ਆ ਹੀ ਜਾਣਾ ਹੈ। ਠੀਕ ਹੈ ਨਾ, ਬਾਕੀ ਤੁਸੀਂ ਹਾਂਜੀ 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 ਜ਼ਰੂਰ ਆਓ, ਬਹੁਤ ਜਲਦ ਦੁਬਾਰੇ ਟੀਮ ਆ ਰਹੀ ਹੈ, ਸਾਨੂੰ ਤੁਹਾਡੇ ਤੇ ਉਮੀਦ ਹੈ, ਸਾਰਿਆਂ ਨੂੰ ਤਾਂ ਮੈਂ ਇਹੀ ਕਹਿ ਰਿਹਾ ਇੱਧਰ ਉੱਧਰ ਦੇ। ਆਪਾਂ ਤੈਨੂੰ ਤੇ ਉਹ ਦੂਸਰਾ ਮੁੰਡਾ ਕੀ ਉਹਦਾ ਨਾਂ ਹੈ, ਉਹਨੂੰ ਨਾਲ ਲੈ ਕੇ ਤੁਰਨਾ ਹਰ ਜਗ੍ਹਾ ਤੇ, ਹਾਂਜੀ ਹਾਂਜੀ ਆਪਾਂ ਦੋ ਤਿੰਨਾਂ ਚਾਰਾਂ ਭਰਾਵਾਂ ਨੇ ਇਕੱਠੇ ਤੁਰਨਾ, ਜਿੱਥੇ ਜਾਣਾ ਭਾਵੇਂ SSB ਦਫ਼ਤਰ ਜਾਈਏ, ਡਾਕਟਰ ਕੋਲ ਜਾਈਏ, ਥਾਣੇ ਜਾਈਏ, ਸਭ ਨਾਲ ਚੱਲਾਂਗੇ। ਯਾਨੋ ਆ ਦੋ ਮੁੰਡੇ ਚਸ਼ਮਦੀਦ, ਮਤਲਬ ਲਾਸਟ ਇਹ ਬੰਦੇ ਉੱਥੇ ਛੱਡ ਕੇ ਆਏ, ਇਸ ਤੋਂ ਬਾਅਦ ਬਿਲਕੁਲ ਤੰਦਰੁਸਤ ਛੱਡ ਕੇ ਆਏ, ਇਸ ਚੀਜ਼ ਦੀ ਗਰੰਟੀ ਹੈ। ਜਸਮਦੀਦ ਗਵਾਹ ਇਹੀ ਨੇ ਸਰ, ਲਾਸਟ ਉਸ ਰਾਤ ਦੇ, ਉਸ ਕਤਲ ਵਾਲੀ ਰਾਤ ਦੇ। ਨਿੰਮੇ ਵੀਰ ਮੈਂ ਦੋ ਚਾਰ ਸਵਾਲ ਪੁੱਛਦਾ, ਜਦੋਂ ਤੁਸੀਂ ਉਹਨੂੰ ਮੋਟਰਸਾਈਕਲ ਤੇ ਛੱਡਣ ਗਏ ਹੋ, ਜਦੋਂ ਆਖਰੀ ਟਾਈਮ ਤੇ ਮੋਟਰਸਾਈਕਲ ਤੋਂ ਤੁਸੀਂ ਦੱਸਿਆ ਵੀ ਤੁਸੀਂ ਸਲੋ ਕੀਤਾ ਸੀ ਤੇ ਉਹਨੇ ਥੋੜੀ ਜਿਹੀ ਛਾਲ ਮਾਰ ਕੇ ਉਤਰ ਗਿਆ ਸੀ, ਕਿਹਾ ਉਹਦੇ ਸਰੀਰ ਤੇ ਕੋਈ ਸੱਟ ਸੀ? ਨਹੀਂ ਸਰ, ਕੋਈ ਸੱਟ ਨਹੀਂ ਸੀ ਉਹਦੇ ਸਰੀਰ ਤੇ, ਸਰ ਕੁਝ ਬਿਲਕੁਲ ਤੰਦਰੁਸਤ, ਬਿਲਕੁਲ ਕਲੀਅਰ ਸੀ, ਕੋਈ ਸੱਟ ਕੁਛ ਨਹੀਂ ਸੀ, ਕੁਛ ਨਹੀਂ ਸਰ। ਉਹਦੇ ਜਿਹੜੇ ਪਜਾਮਾ ਪਾਇਆ ਸੀ ਉਹਦੇ ਪਹੁੰਚੇ ਸਿੱਧੇ ਸੀਗੇ, ਟੁੰਗੇ ਸੀ ਉਹਨੇ ਤੁਹਾਡੇ ਉਤਰਨ ਤੋਂ ਬਾਅਦ? ਉੱਪਰ ਚੜਾਏ ਹੋਏ ਸੀ ਕਿ ਥੱਲੇ? ਨਹੀਂ ਨਹੀਂ ਚੜਾਏ ਨਹੀਂ ਸੀਗੇ, ਜਦੋਂ ਉਤਰਿਆ ਸੀ ਉਦੋਂ ਵੀ ਨਹੀਂ ਚੜਾਏ ਹੋਏ ਸੀ, ਉਹ ਬਾਅਦ ਚ ਚੜਾਏ, ਬਾਅਦ ਚੋਂ ਚੜਾਏ ਕਿ ਨਹੀਂ, ਕਿ ਦੁਸ਼ਮਣਾਂ ਨੇ ਚੜਾਤੇ ਜਾਂ ਕਾਤਲਾਂ ਨੇ ਚੜਾਏ? ਹਾਂਜੀ ਉਹ ਤਾਂ ਨਹੀਂ ਪਤਾ ਜੀ। ਹਾਂਜੀ ਜੋ ਸਾਡੇ ਮੂੰਹ ਤੋਂ ਉਤਰਨ ਲੱਗਿਆ, ਡਿੱਗ ਕੇ ਕੋਈ ਨੱਕ ਮੂੰਹ ਚੋਂ ਜਾਂ ਡਿੱਗਿਆ ਹੋਵੇ ਜਾਂ ਨਾ ਡਿੱਗਿਆ ਹੋਵੇ? ਨਹੀਂ ਸਰ ਨਹੀਂ, ਮਤਲਬ ਕਿ ਡਿੱਗਿਆ ਸੀ ਕਿ ਨਹੀਂ ਡਿੱਗਿਆ ਸੀ? ਮਤਲਬ ਨਹੀਂ ਨਹੀਂ ਬਿਲਕੁਲ ਨਹੀਂ ਜੀ, ਬਾਈਕ ਜਿੱਦਾਂ ਬਹੁਤ ਹੌਲੀ ਕਰ ਦਿੱਤੀ ਸੀਗੀ, ਉਹ ਤਾਂ ਹੌਲੀ ਕਰ ਆਰਾਮ ਨਾਲ ਪਿੱਛੇ ਛਾਲ ਮਾਰ ਦਿੱਤੀ। ਹਾਂਜੀ 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 ਬਿਲਕੁਲ ਤੁਰਨ ਵਰਗੀ। ਬਾਕੀ ਸਰ, ਸਰ ਜਿਸ ਤਰ੍ਹਾਂ ਦੀ ਹਾਈਟ ਆ ਉਹਦੀ, ਮੇਰੇ ਹਿਸਾਬ ਨਾਲ ਜਦੋਂ ਉਤਰਨ ਲੱਗਿਆ ਉਹਦੀਆਂ ਲੱਤਾਂ ਜ਼ਮੀਨ ਤੇ ਲੱਗ ਗਈਆਂ ਹੋਣਗੀਆਂ ਬੜੀ ਆਸਾਨੀ ਦੇ ਨਾਲ, ਕੋਈ ਗਿਰਨ ਦੀ ਕੋਈ ਹੈ? ਹਾਂਜੀ ਹਾਂਜੀ ਕੋਈ ਉਹ ਨਹੀਂ। ਨਹੀਂ ਪਤਾ ਕੀ, ਪਬਲਿਕ ਦੇ ਦਿਮਾਗ 'ਚ ਬੜੇ ਸਵਾਲ ਨੇ। ਹਾਂਜੀ ਪਬਲਿਕ ਦੇ ਦਿਮਾਗ 'ਚ ਜਿਹੜੇ ਕਮੈਂਟਾਂ 'ਚ ਆਏ ਨੇ, ਮੈਂ ਉਹ ਤੇਰੇ ਅੱਗੇ ਤਾਂ ਰਿਪੀਟ ਕਰ ਰਿਹਾ। ਕੁਛ ਲੋਕ ਇਹ ਕਹਿ ਰਹੇ ਸੀ ਕਿ ਮੋਟਰ ਤਾਂ ਬੜਾ ਤੇਜ਼ ਸੀ, ਉੱਥੋਂ ਡਿੱਗ ਕੇ ਉਹਨੂੰ ਤਾਂ ਖੂਨ ਨਿਕਲ ਆਇਆ, ਤਾਂ ਮੈਂ ਉਹ ਗੱਲਾਂ ਦੀ ਕਲੈਰਿਟੀ ਦੇਣਾ ਚਾਹੁੰਦਾ ਪਬਲਿਕ ਨੂੰ ਕਿ ਐਸਾ ਕੁਛ ਨਹੀਂ ਸੀ। ਔਰ ਜਦੋਂ ਸਵੇਰੇ ਤੁਸੀਂ ਗਏ ਹੋ, ਨਾਲ ਗਏ ਸੀ, ਜਦੋਂ ਪੁਲਿਸ ਨਾਲ ਗਈ ਆ, ਉਹਦੀ ਬੋਡੀ ਲੱਭੀ ਸਾਨੂੰ? ਹਾਂਜੀ ਉਦੋਂ ਮੈਂ ਨਹੀਂ ਕਿ ਉਹ ਲੱਭਤ ਗਿਆ ਸੀਗਾ ਨਾਲ, ਇਹ ਕਹਿੰਦਾ ਮੈਂ ਇਹਨਾਂ ਨੇ ਦੱਸਿਆ, ਕਹਿੰਦਾ ਮੈਂ ਥੋੜਾ ਜਿਹਾ ਪਿੱਛੇ ਰੁਕ ਗਿਆ ਸੀ, ਮੇਰੇ ਤੋਂ ਦੇਖ ਨਹੀਂ ਹੋ ਰਿਹਾ ਸੀਗਾ ਜਿਹੜਾ ਹਾਲਤ ਸੀ ਉਸ ਸਮੇਂ ਸਰੀਰ ਦਾ ਉਹਦੇ ਦਾ। ਹਾਂਜੀ ਮੈਂ ਅੱਗੇ ਨਹੀਂ ਗਿਆ ਸੀਗਾ ਜੀ, ਪਿੱਛੇ ਖਲੋ ਗਿਆ ਸੀ, ਜਿਨ੍ਹਾਂ ਦਾ ਕਮਾਦ ਸੀ, ਜਿਨ੍ਹਾਂ ਦਾ ਘਰ ਦਾ, ਉਹਨਾਂ ਦੇ ਘਰੇ ਰਹਿ ਗਿਆ, ਖਲੋ ਗਿਆ ਸੀਗਾ, ਅੱਗੇ ਨਹੀਂ ਗਿਆ ਸੀ। ਜਿਹੜੇ ਜਿਨ੍ਹਾਂ ਦਾ ਉਹ ਕਮਾਦ ਹੈ, ਜਿਨ੍ਹਾਂ ਦਾ ਨਾਂ ਲਾਉਂਦੇ ਆ, ਮਤਲਬ ਲੜਕੀ ਦੇ ਪੇਰੈਂਟਸ, ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਤੁਸੀਂ ਕੋਈ ਕਰੰਟ ਛੱਡਿਆ ਸੀ ਕਿ ਨਹੀਂ ਛੱਡਿਆ ਸੀ ਖੇਤਾਂ 'ਚ? ਨਹੀਂ ਸਰ, ਮੇਰੀ ਤੇ ਨਹੀਂ ਗੱਲਬਾਤ ਹੋਈ, ਬਾਕੀ ਹਰ ਚਰਮ ਦੇ ਪਰਿਵਾਰ ਚ ਹੋਈ ਹੋਵੇ ਤੇ ਮੈਨੂੰ ਪਤਾ ਨਹੀਂ। ਬਾਕੀ ਨਾ ਕੁਛ ਉੱਥੇ ਜਿੱਦਾਂ ਮੁੰਡੇ ਹੋਰ ਹੈਗੇ ਆ, ਦੋਸਤ ਦਾਸਤ ਵਗੈਰਾ, ਉਹ ਦੱਸਦੇ ਸੀ ਕਿ ਉਹ ਕਹਿ ਰਹੇ ਕਿ ਸਾਨੂੰ ਅਸੀਂ ਕਰੀ ਕਰੰਟ ਛੱਡਿਆ ਹੀ ਨਹੀਂ ਆ, ਸਾਨੂੰ ਨਹੀਂ ਇਸ ਬਾਰੇ ਕੁਛ ਨਹੀਂ ਪਤਾ। ਮਤਲਬ ਉਹਨਾਂ ਨੇ ਬਿਆਨ ਦਿੱਤੇ ਹੋਣੇ ਨੇ ਜੀ ਉਸ ਸਮੇਂ, ਦਾ ਜ਼ਿਕਰ ਕੀਤਾ ਹੈਗਾ ਕਿ ਹਾਂਜੀ। ਬਾਕੀ ਉਹਨਾਂ ਨੇ ਜਿੱਦਾਂ ਹੁਣ ਸੁਣ ਸੁਣ ਕੇ ਦੱਸਾਂਗਾ ਤੁਹਾਨੂੰ, ਉਹਨਾਂ ਨੇ ਹੋਰ ਵੀ ਪਤਾ ਲੱਗਾ ਸੀਗਾ ਕਿ ਮਨਪ੍ਰੀਤ ਦੇ ਜਿਹੜੇ ਫੈਮਿਲੀ ਵਾਲੇ ਸੀ, ਉਹਨਾਂ ਦੀ ਤੇ ਉਹ ਉਸ ਘਰ ਵਾਲਿਆਂ ਦੀ ਦੁਸ਼ਮਣੀ ਚੱਲਦੀ ਸੀਗੀ, ਵੱਟ ਵੁੱਟ ਦੀ ਕੋਈ ਲੜੌਲਾ ਸੀਗਾ ਸ਼ਾਇਦ, ਉਹਦਾ ਬਦਲਾ ਲਿਆ ਹੋਵੇ ਜਾਂ ਕੁਛ ਵੀ ਆ ਇਸ ਬਾਰੇ। ਅੱਜ ਦੀ ਅੱਜ ਮੇਰੇ ਕੋਲ ਦੋ ਤਿੰਨ ਅਪਡੇਟ ਕੁਲਵਿੰਦਰ ਮਾਜੀ ਹੋਰ ਵੀ ਨੇ, ਦੋ ਤਿੰਨ ਅਪਡੇਟ ਹੋਰ ਨੇ, ਮੈਂ ਆਪਾਂ ਅਗਲੇ ਪ੍ਰੋਗਰਾਮ ਚ ਦਿੰਨੇ ਆ। ਅੱਛਾ ਜੀ, ਕਿਸੇ ਕਿਸਮ ਦੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਹਰਚਰਨ ਦੇ ਪਰਿਵਾਰ ਨੂੰ, ਪਲੱਸ ਮੈਂ ਕੁਛ ਨੋਟਿਸ ਵੀ ਪਾਏ ਨੇ, ਉਹਦਾ ਆਪਾਂ ਐਕਸਕਲੂਸਿਵ ਵੱਖਰਾ ਪ੍ਰੋਗਰਾਮ ਕਰਾਂਗੇ, ਜਨਤਾ ਦੀ ਸਿਰਫ ਨੌਲੇਜ ਲਿਆਂਦਾ, ਇਸ ਤੋਂ ਅਗਲਾ ਪ੍ਰੋਗਰਾਮ ਉਹਨਾਂ ਚੀਜ਼ਾਂ ਦਾ ਹੋਏਗਾ। ਨੋਟਿਸ ਰੈਡੀ ਹੈ, ਸਵੇਰੇ ਪੋਸਟ ਹੋ ਜਾਵੇ ਜਦੋਂ ਮਿਲ ਜਾਏਗਾ ਪੁਲਿਸ ਨੂੰ, ਤੇ ਉਸ ਤੋਂ ਬਾਅਦ ਆਪਾਂ ਉਹਦਾ ਖੁਲਾਸਾ ਕਰਾਂਗੇ ਔਰ ਉਹ ਵੀ ਚੀਜ਼ਾਂ ਦੱਸ ਦਈਏ। ਭਲਾ ਨਿੰਮੇ ਵੀਰ ਕੋਲ ਆਪਾਂ ਹੋਰ ਜਿਹੜੇ ਤੁਸੀਂ ਸਵਾਲ ਮਤਲਬ ਕਿਤੇ ਨਾ ਕਿਤੇ ਜਿਹੜਾ ਆਪਣਾ ਨੈਕਸਟ ਐਪੀਸੋਡ ਦਾ ਤੁਸੀਂ ਦੱਸ ਰਹੇ ਹੋ ਖੁਲਾਸਾ, ਪਰਿਵਾਰ ਨੂੰ ਇਸ ਲੜਾਈ ਨੂੰ ਲੜਨ ਤੋਂ ਰੋਕਣ ਦੇ ਲਈ ਕਰ ਰਹੇ ਨੇ ਜੀ ਕੁਛ ਕਾਰਵਾਈ, ਉਹਦੀ ਬਾਰੇ ਬਾਅਦ ਚੋਂ ਗੱਲ ਕਰਦੇ ਹਾਂ, ਸਾਰਾ ਕੁਝ ਦੱਸਾਂਗੇ ਕਿ ਉਹਦੀ ਕੀ ਕਾਰਵਾਈ ਹੋ ਸਕਦੀ ਹੈ, ਉਹਦੇ ਪਿੱਛੇ ਮਨਸ਼ਾ ਕੀ ਹੋ ਸਕਦੀ ਹੈ ਸਰਕਾਰ ਦੀ ਜਾਂ ਉੱਥੋਂ ਦੀ ਲੋਕਲ ਦੀ, ਜਾਂ ਕਿੱਦਾਂ ਇਸ ਕੇਸ ਨੂੰ ਖਰਾਬ ਕੀਤਾ ਜਾਵੇ ਜਾਂ ਸਹੀ ਕੀਤਾ ਜਾਵੇ, ਇਹ ਗੱਲਾਂ ਦੇ ਉੱਤੇ
टिप्पणी करांगे, फिलहाल मैं अपनी लीगल ओपिनियन परिवार नूं देता है और ठीक उसके बारे करांगे अगले अगले एपीसोड च गल करदे आं। फिलहाल निम्मा वीर सेहत ठीक नहीं, आपां उहनूं जरा जल्दी फ्री करिए। हाँ जी निम्मा भाजी, एक ना आपां उस दिन गल कीती सी वट्सएप ऑडियो कॉल ते, गलबात अपनी हुई सी, कुछ स्रोतियां दे सवाल आए सन, जिमें तुहानूं पता ही है कि कुछ 1-2% नैगेटिव हुंदे ने, वी कितने कोई वह कोई होर बंदा सी, तुहाडे पहले तो क्लीयर कर दो कि उस दिन जिहड़ी कॉल रिकॉर्डिंग कीती आ तुहाडी कीती आ आपां। हां मैं थोड़ी देर कॉल कर दूसरे मैं कार रोक के साइड से लगा के कॉल की, क्योंकि कुछ 1-2 मिनट आए ने कहते जी मुंडा कह रहा मैं तुहानू कॉल की, कॉल तो तुसी की, मतलब वह भी क्लीयर कर दी कॉल वीर ने पहला की। मन च ओही डर है भी जे मैं किसी होर नूं वर्जन दऊंगा तोड़ मरोड़ के पेश करनगे, क्योंकि जिवें पहला हो रहा जी। हाँ जी, तो उन्होंने मैंने कहा कि मतलब तुम अर्जन के फ्रेंड बोल रहे हो तो असं तुम अर्जन बारे कुछ बोलना चाहते हो, कुछ मतलब सवाल के जवाब दे सकते हो। मैं नहीं सर, मैं बोलने की हालत नहीं है, तो बाकी मैं अनलिमिटेड ज्ञान के उत्ते बोल दिता, उत्ते तुम सुन सकते हो मैं की बोल रहा है। अरे इन्ना कह के मैं फोन कॉल करती सी। सर तुहाडा माइक बंद है जी। मैं जो तक मैं और कुलविंदर भाजी असं इकट्ठे हाँ और श्योरिटी है मेरी पब्लिक न कि किसी किस्म की गलत खबर या जी पब्लिक डोमेन च नहीं आनी चाहिए, वो कभी भी साढ़े चैनलों से अनलिमिटेड ज्ञान से या सुनील मिलन से तुम नहीं विखेगी। ओरिजिनल कंटेंट मिलेगा, ईमानदारी का सच्चा कंटेंट मिलेगा जो भी होगा, और असं जो भी रिकॉर्डिंग करते हैं चाहे कुड़ी वाले के घर भी गए थे उन्होंने पहला परमिशन ली सी कि असी तुहाडे नाल गल्लां करनी है, तुहाडी कुछ रिकॉर्डिंग करनी है, असं पब्लिक सामने तुहाडा व्यू देना चाहते हैं। उन्होंने परमिशन तो बाद रिकॉर्डिंग शुरू की गई सी, उस तो पहला कोई ऑडियो रिकॉर्डिंग नहीं, कोई वीडियो रिकॉर्डिंग नहीं, साढ़े सारे इंस्ट्रूमेंट गड्डी च पए सी, बाहर नहीं सी कड़े। असी जो घंटा भर साडी उन्हां दा मीटिंग हो गई, उन्होंने साढ़े कॉन्फिडेंस आया, उस तो बाद असी कोई रिकॉर्डिंग शुरू की थी। क्यों कुलविंदर भाजी? हाँ जी बिल्कुल सही है। ईवन उस परिवार ने कल पूरा लग्या पूरा जोर लगाया कि रोटी खा के जाओ, तुहाडे लई प्रसादे तैयार ने, लंगर समझ के खा लो, तो असी थैंक यू कहा भी तुसी साडे लई इन्ना इज्जत दिती प्यार दिता धन्यवाद है तुहाडा। देखो जब तक कानून की नजर च कोई कातल या चोर नहीं है, मैं जे बेअंत नूं सीधा कातल कहा तो उहदे पिछे रीजन है, और जे आपां जे रिकॉर्डिंग दिखाई है निम्मे वीर जी ते उह सही है, जिहड़ी चीज़ उहदे च नहीं दसण वाली होगी शायद वह कट्टी जरूर होएगी, पर तोरी मरोड़ी कुछ नहीं है। सो निम्मा वीर उहदी पुष्टि करदा। होर सवाल पुछो भाई। हां जी निम्मा भाजी, एक बार तो ना क्योंकि उस दिन ऑडियो रिकॉर्डिंग सी, अज तुसी वीडियो सामने फेस बाय फेस गल कर रहे हो, तो एक बार ना इन शॉर्ट के थोड़ा दस दो उस दिन बारे भी, थोड़ा जिहड़ियां मेन मेन घटनावां ने जिहड़ियां नोट करन वालियां ने थोड़ियां इन शॉर्ट च दस दो। सर तुसी पुछ सकदे हो कुछ भी जो तुहानूं, मतलब जिहड़ियां गल्लां तो तुहानूं शक होया उस दिन तुहाडे दिमाग च नहीं आईयां, पहला हरचार नूं उत्थे उतरिया चलिया गया अद्धे घंटे बाद तुसी वापस ओदे लापरीत दे पिंड अर्जुनपुर चले गए, है ना, ते उत्थो किन्नी देर बाद तुसी कॉल कीती चेक करन वास्ते? सर असी उत्थे जाके अद्धे घंटे बाद कॉल कीती होनी है, अद्धा घंटा सानू लग ही गया सीगा ओदे केसरपुर तों अर्जनपुर जांदे आ, उत्थे जाके असी लापरीत दे घरे फिर कॉल कीती सी कि जदों फोन ऑफ आया सी। ਉਦੋਂ ਆਫ ਆਇਆ ਸੀ ਕਿਤੇ, ਇਹ ਤਾਂ ਨਹੀਂ ਸੀ ਤੁਹਾਨੂੰ ਹੋਰਾਂ ਦੋਸਤਾਂ ਨੇ ਦੱਸਿਆ ਹੋਵੇ ਵੀ ਜਦੋਂ ਅੱਗੇ ਕਦੇ ਤੁਸੀਂ ਦੱਸਿਆ ਵੀ ਪਹਿਲਾਂ ਵੀ ਹਰਚਰਨ ਜਾਂਦਾ ਰਿਹਾ ਉਸ ਕੁੜੀ ਨੂੰ ਮਿਲਣ ਵਾਸਤੇ, ਕਿ ਪਹਿਲਾਂ ਕਦੇ ਜਾਂਦਾ ਹੋਵੇ ਮੋਬਾਈਲ ਸਵਿੱਚ ਆਫ ਕਰ ਲੈਂਦਾ ਹੋਵੇ? ਨਹੀਂ ਨਹੀਂ ਸਰ, ਕਦੀ ਮੋਬਾਈਲ ਨਹੀਂ ਉਹਨੇ ਸਵਿੱਚ ਆਫ ਕੀਤਾ, ਸਾਇਲੈਂਟ ਕਰ ਲੈਂਦਾ ਸੀਗਾ, ਸਵਿੱਚ ਆਫ ਨਹੀਂ ਕਰਦਾ ਫੋਨ, ਫੋਨ ਆਨ ਹੀ ਹੁੰਦਾ ਸੀਗਾ ਉਹਦਾ। ਠੀਕ ਹੈ। ਹਾਂਜੀ ਮਾਈਕ ਆਫ ਹੈ। ਮੈਂ ਕਿਹਾ ਹਰਚਰਨ ਪੜ੍ਹਾਈ ਚ ਕਿੱਦਾਂ ਦਾ ਸੀ? ਸਰ ਪੜ੍ਹਾਈ ਚ ਠੀਕ ਸੀਗਾ, ਵਧੀਆ, 12ਵੀਂ ਕੀਤੀ ਸੀ ਉਹਨੇ, ਹੁਣ ਆਈਲੈਟਸ ਕਰ ਰਿਹਾ ਸੀਗਾ, ਫਿਰ ਤੋਂ ਪਤਾ ਪਹਿਲਾਂ ਵੀ ਇੱਕ ਵਾਰ ਕਰ ਲਈ ਸੀ ਆਈਲੈਟਸ ਉਹਨੇ, ਹੁਣ ਦੁਬਾਰਾ ਫਿਰ ਕਰ ਰਿਹਾ ਸੀਗਾ, ਵਧੀਆ ਸੀ ਪੜ੍ਹਾਈ ਚ। ਇਹ ਵੀ ਖਬਰ ਮਿਲੀ ਸੀ
कि हरचरण उस लड़की नाल प्यार ज्यादा करता सी। आयल्स उन्हें दोबारा इस करके कर रहा सी कि वो अमेरिका जा सके क्योंकि उसका पेरेंट्स अमेरिका सी, लड़की उसके फादर को मिल सके, उसके दिल में प्यार सी। हाँ जी हाँ, शायद क्योंकि फादर उसका इलीगल रह रहा फॉरन यूएसए, और उसके दिल से सीखा कि बेटी अपने बाप को मिल सके तो मेरे जरिए मिल जाएगी तो मैं उसकी खुशी मिलेगी। आई थिंक इदा दी कोई, मैं वीर तुम दसो ना दिल की गल, मैं जिदा पुछदा सीगा कुड़ी मनप्रीत बारे कि विआह दा की प्रोग्राम आ, ते उहदा कहण दा मकसद इह ही कि मैं विआह उत्थे ही करवाउणा आ, मनप्रीत नाल ही करवाउणा विआह, ते अमरीका जाके जिदा उहने मैनूं दस्या सीगा हरचरण ने कि उह कुड़ी दा फादर जिदा बाहर आ, उहने टीआर दे पेपर लाए होए सी जां कुछ वी आ, हुण कुड़ी ने मैनूं जिदा आख्या ਤਾਂ ਮੈਨੂੰ ਦੱਸਿਆ ਉਹਨੇ, ਤੇ ਉਹ ਪਤਾ ਹੋਣ ਵਾਲਾ ਸੀ, ਉਹਨੇ ਬਾਅਦ ਚ ਆਪਣੀ ਫੈਮਿਲੀ ਲੈ ਜਾਣੀ ਸੀਗੀ ਕੁੜੀ ਨੂੰ ਤੇ ਕੁੜੀ ਦੀ ਮੰਮੀ ਮੰਮੀ ਨੂੰ ਸਾਰਿਆਂ ਨੂੰ ਲੈ ਜਾਣਾ ਸੀਗਾ ਹਰਚਰਨ ਦਾ, ਮਤਲਬ ਇਹ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਤੇ ਮੈਂ ਉੱਥੇ ਸੈਟਲ ਹੋ ਕੇ ਫਿਰ ਮਤਲਬ ਇਕੱਠੇ ਫਿਰ ਵਿਆਹ ਕਰ ਲਾਂਗੇ, ਇਹ ਸੀਗੀ ਉਹਦੀ ਪਲਾਨ। ਵਿਆਹ ਕਰਕੇ ਚੱਲ ਜੀ ਜਾਂ ਉੱਥੇ ਵਿਆਹ ਜਿੱਦਾਂ ਵੀ ਕਰ ਲਈਏ। ਹਾਂਜੀ 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 ਹਾਂਜੀ, ਤੇ ਪੇਰੈਂਟ ਮਿਲਣ ਦਾ ਮੌਕਾ ਮਿਲ ਜੂਗਾ। ਹਾਂਜੀ, ਇਹ ਮੈਨੂੰ ਹਰਚਰਨ ਨੇ ਦੱਸਿਆ ਸੀ। ਦੇਖੋ ਲੜਕੀ ਦਾ ਰਵੱਈਆ ਕੀ ਹੁੰਦਾ ਸੀ ਹਰਚਰਨ ਦੇ ਪ੍ਰਤੀ, ਲੜਕੀ ਕੀ ਰਿਸਪੌਂਸ ਦਿੰਦੀ ਸੀ ਇਹਨਾਂ ਗੱਲਾਂ ਦਾ? ਤੁਹਾਨੂੰ ਕਿਵੇਂ ਲੱਗਦਾ ਸਰ ਦਾ ਕਹਿਣ ਦਾ ਮਤਲਬ ਆ ਵੀ ਤੁਹਾਨੂੰ ਕਦੇ ਕਿਵੇਂ ਮਹਿਸੂਸ ਹੋਇਆ ਵੀ ਕੁੜੀ ਵੀ ਏਦਾਂ ਹੀ ਸੀਰੀਅਸ ਸੀ ਹਰਚਰਨ ਦੀ ਤਰ੍ਹਾਂ, ਜਾਂ ਉਸ ਦਾ ਕਿਸ ਤਰ੍ਹਾਂ ਦਾ ਪਿਆਰ ਲੱਗ ਰਿਹਾ ਸੀ ਤੁਹਾਨੂੰ ਕੁੜੀ ਦਾ? ਸਰ ਕੁੜੀ ਜਾਣਦਾ ਨੀ ਸੀਗਾ ਕੁਛ ਵੀ, ਨਾ ਮੈਂ ਕਦੀ ਮਤਲਬ ਉਹਨੂੰ ਜਿਆਦਾ ਪੁੱਛਿਆ ਪਾਛਿਆ ਸੀ। ਇਹ ਸੀਰੀਅਸ ਹੁੰਦਾ ਸੀਗਾ ਜਿਹੜਾ ਰੁਦਰਪੁਰ ਵਾਲਾ ਮੁੰਡਾ ਦੱਸਿਆ ਸੀ ਨਾ ਲਵਪ੍ਰੀਤ ਤੁਹਾਨੂੰ, ਮੈਂ ਉਹਨੇ ਇੱਕ ਵਾਰ ਇਹਨੂੰ ਮਜ਼ਾਕ ਮਜ਼ਾਕ ਚ ਕੁਛ ਬੋਲ ਦਿੱਤਾ ਸੀਗਾ ਮਨਪ੍ਰੀਤ ਬਾਰੇ, ਤੇ ਉਹ ਤੁਰੰਤ ਲੜ ਪਿਆ ਸੀ ਉਹਦੇ ਨਾਲ ਹਰਚਰਨ, ਮਤਲਬ ਇੰਨਾ ਜ਼ਿਆਦਾ ਕਰਦਾ ਸੀ ਉਹਦੇ ਬਾਰੇ ਕੁਛ ਸੁਣ ਨੀ ਸਕਦਾ ਸੀਗਾ। ਤੇ ਬਾਕੀ ਕੁੜੀ ਬਾਰੇ ਸਰ ਮੈਨੂੰ ਜਾਣਕਾਰੀ ਨਹੀਂ ਹੈਗੀ ਕਿਉਂਕਿ ਮੈਂ ਨੀ ਜ਼ਿਆਦਾਤਰ ਕੁੜੀ ਨੂੰ ਕਦੀ, ਮੈਂ ਫੋਟੋ ਚ ਹੀ ਵੇਖਿਆ ਇੱਕ ਦੋ ਵਾਰ, ਪਰਸਨਲੀ ਕਦੀ ਨੀ ਵੇਖਿਆ ਸ਼ੌਕਿਆ ਮੈਂ ਉਹਨੂੰ। ਤੇ ਉਸ ਬਾਰੇ ਦੂਜਾ ਦਾਦੇ ਨੇ ਵੀ ਫੇਲ ਹੋ ਗਈ ਸੀ ਬਾਹਰ ਵੀ ਜਾਣਾ ਹੁੰਦਾ ਸੀ ਤਾਂ ਉਹਦੇ ਪਰਿਵਾਰ ਸਿਰਫ ਨਿੰਮੇ ਨਾਲ ਜਾਣ ਦੀ ਇਜਾਜ਼ਤ ਦਿੰਦੇ ਸੀ, ਹੋਰ ਕਿਸੇ ਨਾਲ ਨੀ ਬਾਹਰ ਜਾਂਦਾ ਸੀ। ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ। ਤੇ ਇੱਕ ਨਿੰਮਾ ਵੀਰ ਇੱਕ ਛੋਟੀ ਜਿਹੀ ਇੱਥੇ ਗੱਲ ਹੋਰ ਕਲੀਅਰ ਕਰ ਦਿਓ, ਹਾਲਾਂਕਿ ਇਸ ਕੇਸ ਦੇ ਨਾਲ ਜੁੜੀ ਵੀ ਹੋਈ ਹੈ ਤੇ ਅਲੱਗ ਵੀ ਹੈ, ਜੋ ਹਰਚਰਨ ਦੇ ਪਿਤਾ ਸਨ ਕੀ ਕਰਦੇ ਸੀ ਤੇ ਕਿਵੇਂ ਮੌਤ ਹੋਈ, ਕਿੰਨਾ ਸਮਾਂ ਉਹਨਾਂ ਦੀ ਮੌਤ ਨੂੰ ਹੋਇਆ? ਸਰ ਉਹ ਖੇਤੀ ਕਰਦੇ ਸੀਗੇ, ਫਾਰਮਰ ਸੀਗੇ, ਤੇ ਬਾਕੀ ਉਹਨਾਂ ਦਾ ਆਪਣਾ ਹਾਰਟ ਅਟੈਕ ਹੋਇਆ ਸੀਗਾ, ਉਹਨਾਂ ਦੀ ਡੈਥ ਹੋਈ। ਕਿੰਨਾ ਕੁ ਸਮਾਂ ਹੋ ਗਿਆ ਜੀ ਡੈਥ ਹੋਈ? ਹਾਂਜੀ ਹਾਂਜੀ, ਕਿੱਦਾਂ ਹੀ ਲਗਭਗ 1.5 ਸਾਲ ਹੋ ਗਿਆ ਨਾ, ਲਗਭਗ 2 ਸਾਲ ਹੋ ਗਏ, ਲਗਭਗ 1.5-2 ਸਾਲ। ਮਤਲਬ 2 ਸਾਲਾਂ ਦੇ ਵਿੱਚ ਇਸ ਪਰਿਵਾਰ ਦੇ ਕੀ ਕੀ ਬੀਤੇ ਆ ਆਪਾਂ ਅੰਦਾਜ਼ਾ ਲਾ ਹੀ ਸਕਦੇ ਹਾਂ। ਇੱਕ ਇੱਕ ਭੈਣ ਹਰਚਰਨ ਦੀ ਅਨਮੈਰਿਡ ਆ ਹਜੇ ਵੀ ਹੈ ਨਾ, ਜਿਹੜੇ ਸ਼ਾਇਦ ਨੇਤਰਹੀਨ ਨੇ। ਹਾਂਜੀ ਉਹ ਨੇਤਰਹੀਨ ਨੇ, ਉਹ ਅਨਮੈਰਿਡ ਨੇ। ਚਲੋ ਨਿੰਮੇ ਵੀਰ ਤੁਸੀਂ ਸਿਹਤ ਠੀਕ ਕਰੋ, ਬੇਵਕੂਫ ਛੁੰਚਰਾਂ ਟੀਵੀ ਵਾਲੇ ਕਹਿ ਰਹੇ ਆ, ਉਹਨਾਂ ਨੂੰ ਏਦਾਂ ਕਰਦੇ ਕਿ ਨਕਲੀ ਵੀਡੀਓ ਬਣਾ ਕੇ ਭੇਜ ਦਿੰਦੇ ਆ, ਖੁਸ਼ ਹੋ ਜਾਣਗੇ। ਸਰ ਮੈਂ ਤਾਂ ਇਹ ਸੋਚ ਰਿਹਾ ਸੀਗਾ
ਆਪਾਂ ਨੂੰ ਨਾ ਹੁਣ ਇੱਥੇ ਚੰਗਾ ਮੋਟਾ ਜਿਹਾ ਲੋਗੋ ਲਗਾ ਕੇ ਵੀਡੀਓ ਪਾਉਣੀ ਪੈਣੀ ਹੈ, ਨਹੀਂ ਉਹਨਾਂ ਨੇ ਚੱਕ ਕੇ ਕਹਿ ਦੇਣਾ ਜੀ ਦੇਖ ਲਓ ਜੀ ਮੁੰਡੇ ਕੁੱਟ ਕੁੱਟ ਕੇ ਹਸਪੀਟਲ 'ਚ ਐਡਮਿਟ ਕਰਾ ਤੇ। ਹਾਂਜੀ ਹਾਂਜੀ ਨਹੀਂ ਉਹ ਵੀ ਵੈਸੇ ਤਾਂ ਉਹਨਾਂ ਨੂੰ ਸਖ਼ਤ ਚੇਤਾਵਨੀ ਵੀ ਆ ਵਕੀਲ ਸਾਹਿਬ ਵੱਲੋਂ ਪਹਿਲਾਂ ਵੀ ਦੇ ਦਿੱਤੀ ਗਈ ਆ ਕਿ ਇਸ ਤਰ੍ਹਾਂ ਦੀਆਂ ਬਾਜ਼ ਆ ਜਾਓ। ਕਿਸੇ ਨੇ ਮਿਸਯੂਜ਼ ਕੀਤਾ ਮੈਂ ਠੋਕ ਦੇਣਾ, ਔਰ ਹਾਂਜੀ ਬੁਰੀ ਤਰ੍ਹਾਂ ਠੋਕੂਗਾ, ਲੀਗਲੀ ਠੋਕੂਗਾ, ਪਰਚਾ ਕਰਾ ਦੂੰਗਾ ਜੇ ਕਿਸੇ ਨੇ ਇਸ ਵੀਡੀਓ ਨੂੰ ਵੀ ਗਲਤ ਤਰੀਕੇ ਨਾਲ ਸ਼ੋਅ ਕੀਤਾ। ਨਿੰਮਾ ਵੀਰ ਸਿਰਫ ਰੂਟੀਨ ਚ ਵਾਇਰਲ ਫੀਵਰ ਕਰਕੇ ਬਿਮਾਰ ਹੈ ਔਰ ਅੰਡਰ ਟ੍ਰੀਟਮੈਂਟ ਹੈ, ਔਰ ਜਦੋਂ ਦਾ ਹਰਚਰ ਰਣਜੀਤ ਡੈਥ ਹੋਈ ਹੈ ਸ਼ਾਇਦ ਉਹਦਾ ਸਦਮਾ ਕਿਤੇ ਨਾ ਕਿਤੇ ਉਹਦੇ ਦਿਲ ਨੂੰ ਜ਼ਿਆਦਾ ਛੂਹਿਆ ਹੈ ਕਿ ਉਹ ਪ੍ਰੋਪਰ ਉੱਠ ਨਹੀਂ ਪਾਇਆ, ਈਵਨ ਸਰੇ ਵੀ ਨਹੀਂ ਆ ਪਾਇਆ। ਸ਼ਾਮ ਨੂੰ ਅਸੀਂ ਸ਼ਾਮ ਨੂੰ ਇਹਨੂੰ ਤੇ ਲਵਪ੍ਰੀਤ ਨੂੰ ਅਸੀਂ ਮਿਲੇ ਹਾਂ, ਇਹਨੂੰ ਵਿਚਾਰੇ ਨੂੰ ਸਪੈਸ਼ਲ ਬੁਲਾਇਆ ਸੀ ਘਰੋਂ, ਮੈਨੂੰ ਯਾਦ ਹੈ ਉਹ ਵਿਚਾਰਾ ਬੜਾ ਹੌਲੀ ਹੌਲੀ ਤੁਰ ਕੇ ਆਇਆ ਸੀ ਤੇ ਇਹਨੇ ਸਾਡੇ ਨਾਲ ਬੜੀਆਂ ਲਿਮਿਟਡ ਗੱਲਾਂ ਕੀਤੀਆਂ ਸੀ, ਸੋ ਅਸੀਂ ਇਹਨੂੰ ਕਿਹਾ ਸੀ ਕੋਈ ਨੀ ਵੀਰ ਤੂੰ ਰਿਲੈਕਸ ਕਰ, ਪਰ ਨਿੰਮੇ ਵੀਰ ਰੈਡੀ ਹੋ ਜਾ, ਹਫ਼ਤੇ 10 ਦਿਨ ਚ ਮੈਂ ਆਉਣਾ ਹੀ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਫਿਰਨਾ ਘੁੰਮਣਾ ਸਾਰੇ ਪਾਸੇ। ਬਿਲਕੁਲ ਠੀਕ ਹੈ, ਤੰਦਰੁਸਤ ਇਨਸਾਫ਼ ਲੈ ਕੇ ਦਊਂਗਾ, ਚਿੰਤਾ ਨਾ ਕਰ, ਮੇਰੀ ਮੇਰਾ ਜੋ ਜ਼ੁਬਾਨ ਦਿੱਤੀ ਹੈ ਨਾ ਮੈਂ ਨਿਭਾਊਂਗਾ ਉਹਨੂੰ, ਕਿਸੇ ਪੜਾਅ ਤੇ ਲਿਆ ਕੇ ਇਸ ਕੰਮ ਨੂੰ ਛੱਡਦਾ ਜਾਂ ਜਦ ਤੱਕ ਮੇਰਾ ਪਰਿਵਾਰ ਸਾਥ ਦਿੰਦਾ ਰਹੇਗਾ ਤੇ ਮੈਂ ਨਾਲ ਜੁੜਿਆ, ਮੈਨੂੰ ਪੈਸੇ ਦੀ ਚਿੰਤਾ ਨੀ, ਟਾਈਮ ਦੀ ਚਿੰਤਾ ਨੀ, ਮੈਂ ਐਤਕੀ 2 ਜਾਂ 3 ਦਿਨ ਲਈ ਆਉਣਾ, ਯਾਨੀ ਕਿ ਮੇਰੇ ਟੋਟਲ 5 ਦਿਨ ਲੱਗਣੇ ਆ, ਇੱਕ ਦਿਨ ਸਫ਼ਰ ਦਾ ਆਉਣ ਦਾ, ਇੱਕ ਦਿਨ ਜਾਣ ਦਾ, 3 ਦਿਨ ਮੈਂ ਤੁਹਾਡੇ ਕੋਲ ਹੀ ਆ। ਤੇ ਆਉਣ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਵੀ ਦੱਸ ਦਿੰਦਾ ਕਿ ਐਸ ਐਸ ਪੀ ਕੋਲੋਂ ਅਪੁਆਇੰਟਮੈਂਟ ਔਰ ਆਪਣਾ ਏਜੰਡਾ ਭੇਜ ਕੇ, ਮੀਟਿੰਗ ਏਜੰਡਾ ਭੇਜਣਾ ਹੈ, ਸੀ ਐਮ ਨੂੰ ਭੇਜਣਾ ਹੈ, ਸੀ ਓ ਜਿਹਨੂੰ ਸਰਕਲ ਅਫਸਰ ਕਹਿੰਦੇ, ਡੀ ਐਸ ਪੀ ਸਾਡੇ ਪੰਜਾਬ ਚ ਕਹਿੰਦੇ ਆ, ਉਹਨੂੰ ਭੇਜਣਾ, ਹੋਰ ਵੀ ਜਿਹੜੇ ਉੱਥੋਂ ਦੇ ਅਧਿਕਾਰੀ ਨੇ, ਐਮ ਐਲ ਏ ਹੈ, ਪਲੱਸ ਮੇਰੀ ਜਿਹੜੀ ਐਡਵੋਕੇਟ ਬਾਰ ਹੈ, ਔਰ ਉਹਨਾਂ ਨੂੰ ਭੇਜਣਾ, ਔਰ ਸਾਰਿਆਂ ਨੂੰ ਭੇਜ ਕੇ ਪ੍ਰੋਪਰ ਮੇਰੀ ਇੱਕ ਰਿਕੁਐਸਟ ਫੋਰ ਅਪੁਆਇੰਟਮੈਂਟ ਭੇਜਣ ਤੋਂ ਬਾਅਦ ਫਿਰ ਮੈਂ ਅਸੀਂ ਆਵਾਂਗੇ, ਮੈਂ ਕੁਲਵਿੰਦਰ ਭਾਜੀ ਜਾਂ ਹੋਰ ਵੀ ਜਿਹੜੀ ਸਾਡੀ ਟੀਮ ਦੇ ਮੈਂਬਰ ਹੋਣਗੇ, ਜੀ ਜੀ, 1-2 ਗੱਡੀਆਂ ਲੈ ਕੇ ਆਵਾਂਗੇ ਅਸੀਂ ਅੱਜ ਦੀ ਦੁਬਾਰਾ। ਹਾਂਜੀ ਸਰ, ਕੋਈ ਜਦੋਂ ਮਰਜ਼ੀ ਤੁਸੀਂ, ਹਾਂਜੀ ਤੁਸੀਂ ਕੁਝ ਪੁੱਛਣਾ, ਹੋਰ ਨਿੰਮਾ ਜੀ ਕੁਝ ਕਹਿਣਾ ਚਾਹੁੰਦੇ ਹੋ, ਕੋਈ ਗੱਲ ਰਹਿ ਗਈ ਹੋਵੇ? ਨਹੀਂ ਸਰ, ਹੋਰ ਤੇ ਮਤਲਬ ਫਿਰ ਦੱਸ, ਮਤਲਬ ਹੈ ਇਸ ਟਾਈਮ ਤੇ ਮੇਰੇ ਦਿਮਾਗ 'ਚ ਹੈ ਨਹੀਂ। ਤੇ ਨਿੰਮਾ ਜੀ ਇੱਕ ਮੇਰਾ ਸਵਾਲ ਰਹਿ ਗਿਆ, ਪਹਿਲਾਂ ਵੀ ਮੈਂ ਤੁਹਾਨੂੰ ਪੁੱਛਦਾ ਪੁੱਛਦਾ ਰਹਿ ਗਿਆ, ਕੁਛ ਕੁ ਗੱਲਾਂ ਤੁਸੀਂ ਉਸ ਦਿਨ ਕੀਤੀਆਂ ਸੀ ਕਿ ਜਿਨ੍ਹਾਂ ਤੇ ਤੁਹਾਨੂੰ ਸ਼ੱਕ ਹੋਇਆ ਕੁੜੀ ਦੀਆਂ, ਤੇ ਪਲੀਜ਼ ਉਹ ਜ਼ਰੂਰ ਕਲੀਅਰ ਕਰ ਦਿਓ ਇੱਥੇ ਜਾਂਦੇ ਵੀ ਜਾਂਦੇ, ਵੀ ਜਿਹੜੀਆਂ ਤੁਹਾਡੇ ਮਨ 'ਚ ਖਟਕੀਆਂ ਵੀ ਇਹ ਉਹਨੇ ਕਿਉਂ ਕੀਤਾ, ਇਹ ਨਹੀਂ ਕਰਨਾ ਚਾਹੀਦਾ ਸੀ। ਹਾਂਜੀ, ਜਿਵੇਂ ਮਤਲਬ ਘਰੋਂ ਇਹ ਅਗਲੇ ਐਪੀਸੋਡ ਲਈ ਰੱਖੋ, ਅੱਜ ਦੀ ਗੱਲ ਇੰਨੀ ਰੱਖੀਏ, ਠੀਕ ਹੈ, ਨਿੰਮੇ ਵੀਰ ਨਾਲ ਕੋਈ ਪੁਲਿਸ ਨੇ ਜਾਤੀ ਨਹੀਂ ਕੀਤੀ, ਕਿਸੇ ਮਹਿਕਮੇ ਨੇ ਨਹੀਂ ਕੀਤੀ, ਵੈਸੇ ਨੈਚੁਰਲੀ ਬਿਮਾਰ ਹੈ ਨਿੰਮੇ ਵੀਰ, 2 ਦਿਨਾਂ 'ਚ ਸੈੱਟ ਹੋ ਜਾ, ਆਪਾਂ 1-2 ਦਿਨ ਬਾਅਦ ਦੁਬਾਰਾ ਵੀਡੀਓ ਬਣਾਵਾਂਗੇ, ਪ੍ਰੋਪਰ ਸਾਰੀਆਂ ਸਵਾਲ ਲਿਖ ਕੇ ਰੱਖਾਂਗੇ, ਫਿਰ ਉਹਨਾਂ ਸਵਾਲਾਂ ਤੇ ਗੱਲ ਕਰਾਂਗੇ। ਹਾਂਜੀ ਠੀਕ ਹੈ, ਵੈਸੇ ਤਾਂ ਆਡੀਓ 'ਚ ਵੀ ਕਲੀਅਰ ਹੋ ਗਿਆ ਸੀ ਉਸ ਦਿਨ ਵੀ ਬਿਮਾਰ ਸੀਗੇ ਇਹ, ਬਿਮਾਰ ਸੀ ਉਸ ਦਿਨ ਵੀ ਤੋਂ ਪਹਿਲਾਂ, ਅਗਲੇ ਸਵਾਲ 2 ਦਿਨ ਤੱਕ, 1 ਦਿਨ ਤੱਕ ਜਦੋਂ ਵੀ ਥੋੜੇ ਠੀਕ ਹੋਵੋਗੇ ਤੇ ਆਪਾਂ ਉਦੋਂ ਕਰ। ਹਾਂਜੀ ਹਾਂਜੀ, ਕੋਈ ਗੱਲ ਨਹੀਂ ਸਰ, ਠੀਕ ਹੈ ਜੀ, ਓਕੇ, ਸਿਮੇ ਵੀਰ ਜਲਦੀ ਠੀਕ ਹੋ ਜਾ, ਰੱਬ ਤੈਨੂੰ ਤੰਦਰੁਸਤੀ ਦੇਵੇ, ਸਾਡੇ ਨਾਲ ਮੁੰਡਾ ਲਾਉਣ ਵਾਲਾ ਤੂੰ, ਸਾਡਾ ਰੂਪ ਉੱਥੇ ਹੈ। ਹਾਂਜੀ ਬਿਲਕੁਲ, ਤੁਹਾਡੇ ਨਾਲ ਮੇਰੀਆਂ ਨਜ਼ਰਾਂ, ਮੇਰੀਆਂ ਅੱਖਾਂ, ਮੇਰੇ ਕੰਨ, ਨੱਕ, ਮੇਰਾ ਨਿੰਮਾ ਵੀਰ, ਲਵਪ੍ਰੀਤ ਵੀਰ ਤੇ ਹਰਸ਼ ਰੰਦਾ ਪਰਿਵਾਰ ਉੱਥੇ ਹੈ ਮੇਰੇ ਲਈ, ਬਹੁਤ ਵਧੀਆ ਰਿਸਪੋਂਸ ਦਿੰਦੇ ਆ, ਮੈਂ ਉਹਨਾਂ ਨੂੰ ਕੋਈ ਮੈਸੇਜ ਪਾਉਂਦਾ, ਕੋਈ ਮੈਂ ਚਿੱਠੀ ਭੇਜਦਾ, ਕੁਛ ਵੀ ਕਰਦਾ, ਮਿੰਟ ਤੋਂ ਪਹਿਲਾਂ ਉਹਨਾਂ ਦਾ ਰਿਸਪੋਂਸ ਆਉਂਦਾ, ਇਸ ਗੱਲ ਕਰਕੇ ਮੈਨੂੰ ਬੜੀ ਖੁਸ਼ੀ ਆ, ਉਹਨਾਂ ਲਈ ਅੱਗੋਂ ਕੰਮ ਕਰਨ ਨੂੰ ਜੀਅ ਕਰਦਾ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਥ ਦੇਣ ਦਾ, ਔਰ ਅਸੀਂ ਜਿੱਤਾਂਗੇ, ਇਹ ਮੇਰਾ ਵਾਅਦਾ ਹੈ। ਠੀਕ ਹੈ ਸਰ, ਸੋ ਦੋਸਤੋ ਇੱਥੇ ਦਿਓ ਇਜਾਜ਼ਤ, ਮਿਲਾਂਗੇ ਜਲਦ, ਥੈਂਕ ਯੂ।